ਜਦੋਂ ਜਿਹੜੀ ਇਹ ਘਟਨਾ ਸ਼ੇਖੂਪੁਰ ਗੁਰਦੁਆਰਾ ਸਾਹਿਬ ਵਾਪਰੀ ਹੈ, ਕੀ ਘਟਨਾ ਹੈਗੀ ਹੈ ਅਤੇ ਕਿੰਨੇ ਕੁ ਵਜੇ ਦਾ ਇਹ ਸਮਾਂ ਸੀ ਜਦੋਂ ਘਟਨਾ ਵਾਪਰੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਦਿਨ ਕਪੂਰਥਲੇ ਵਾਸੀਆਂ ਵਾਸਤੇ, ਖਾਸ ਕਰਕੇ ਗੁਰੂ ਨਾਨਕ ਚੌਂਕ ਦੀਆਂ ਸੰਗਤਾਂ ਵਾਸਤੇ ਬੜਾ ਮਹੱਤਵਪੂਰਨ ਦਿਹਾੜਾ ਹੈ। ਇਹ ਤੋਂ ਅਚਨਚੇਤ ਬਿਜਲੀ ਦਾ ਸ਼ੋਰਟ ਸਰਕਟ ਹੋਣ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦੋ ਪਾਵਨ ਸਰੂਪ ਅਤੇ ਪੋਥੀਆਂ ਅਗਨ ਭੇਟ ਹੋ ਗਈਆਂ। ਇਹ ਬੜੀ ਦੁਖਦਾਈ, ਮੈਂ ਭਰੇ ਮਨ ਨਾਲ ਇਹ ਖਬਰ ਆਪ ਜੀ ਦੇ ਸਾਹਮਣੇ ਪੇਸ਼ ਕਰ ਰਿਹਾ, ਕਿਉਂਕਿ ਅਸੀਂ ਤਾਂ ਹੁਣ ਹੀ, ਸਾਨੂੰ ਪੁਲਿਸ ਵੱਲੋਂ ਟੈਲੀਫੋਨ ਗਿਆ ਕਿ ਸ਼ੇਖਪੁਰ ਕਲੋਨੀ ਵਿੱਚ ਗੁਰੂ ਘਰ ਦੇ ਵਿੱਚ ਅੱਗ ਲੱਗ ਗਈ ਹੈ ਅਤੇ ਅਗਨ ਭੇਟ ਹੋ ਗਿਆ ਦੋ ਸਰੂਪ, ਅਤੇ ਨਾਲੇ ਹੋਰ ਬਹੁਤ ਵੱਡਾ ਨੁਕਸਾਨ ਹੋਇਆ। ਅਸੀਂ ਉਸੇ ਵੇਲੇ ਆਪਣੇ ਸਾਰੇ ਪ੍ਰਚਾਰਕਾਂ ਨੂੰ ਨਾਲ ਲੈ ਕੇ ਮੈਂ ਇੱਥੇ ਹਾਜ਼ਰ ਹੋਇਆ ਵਾਂ, ਔਰ ਪੁਲਿਸ ਆਪਣੀ ਕਾਰਵਾਈ 'ਚ ਵੀ ਰੁੱਝੀ ਹੋਈ ਸੀ। ਸਾਡੇ ਆਉਣ ਤੋਂ ਪਹਿਲਾਂ ਪੁਲਿਸ ਨੇ ਆਪਣੀ ਜੋ ਬਣਦੀ ਕਾਰਵਾਈ ਉਹ ਕੀਤੀ ਆ, ਪਰ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਸਾਰੀ ਲੁਕਾਈ ਨੂੰ, ਖਾਸ ਕਰਕੇ ਗੁਰਧਾਮਾਂ ਦੀ, ਗੁਰੂ ਘਰਾਂ ਦੀ ਸੇਵਾਦਾਰਾਂ ਨੂੰ, ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਇਹ ਸ਼ਬਦ ਗੁਰੂ ਅਵਤਾਰ ਆ, ਇਹਨੂੰ ਨਾ ਗਰਮੀ ਲੱਗਦੀ ਆ ਨਾ ਇਹਨੂੰ ਠੰਡ ਲੱਗਦੀ ਆ। ਜਿਹੜਾ ਸਾਡੇ ਅੱਜ ਕੱਲ੍ਹ ਬਹੁਤ ਰਿਵਾਜ਼ ਚੱਲ ਗਿਆ ਕਿ ਜਿੱਥੇ ਸਤਿਗੁਰੂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਸੁੱਖ ਆਸਣ ਆ, ਉੱਥੇ ਏ ਸੀ ਲਾਏ ਹੋਏ ਆ, ਪੱਖੇ ਚੱਲਦੇ ਆ, ਜਦਕਿ ਮੈਂ ਸਮਝਦਾ ਇਹ ਮਨ ਘੜਤ ਖਾਣੀਆਂ ਅਤੇ ਮਨਾਂ ਦੀਆਂ ਆਪਣੀਆਂ ਵਿਚਾਰਾਂ ਵਾਂ, ਪਰ ਸਤਿਗੁਰੂ ਸੱਚੇ ਪਾਤਸ਼ਾਹ ਦੇ ਲਾਗੇ ਨਾ ਤਾਂ ਪੱਖੇ ਲੱਗਣੇ ਚਾਹੀਦੇ ਆ ਔਰ ਨਾ ਕੋਈ ਏ ਸੀ ਲੱਗਣਾ ਚਾਹੀਦਾ। ਇਹ ਮੇਰੀ ਸਾਰੀਆਂ ਸੰਗਤਾਂ ਦੇ, ਗੁਰੂ ਘਰਾਂ ਦੇ, ਸੇਵਾਦਾਰਾਂ ਦੇ ਚਰਨਾਂ 'ਚ ਇਹ ਬੇਨਤੀ ਆ। ਦੂਸਰੀ ਮਹੰਤ ਭਾਜੀ ਇੱਕ ਇਹ ਗੱਲ ਹੋਈ ਕਿ ਜਦੋਂ ਇਹ ਅਗਨ ਭੇਟ ਹੋਏ, ਜਦੋਂ ਇਹ ਸਾਰਾ ਭਾਣਾ ਵਰਤਿਆ, ਉਸ ਟਾਈਮ ਨਾ ਇੱਥੇ ਗ੍ਰੰਥੀ ਹਾਜ਼ਰ ਸੀ ਨਾ ਕੋਈ ਹੋਰ ਵਿਅਕਤੀ ਹਾਜ਼ਰ ਸੀ, ਜਿਹੜੀ ਕਿ ਬੜੀ ਮੰਦ ਭਾਗੀ ਗੱਲ ਹੋਈ ਆ ਕਿ ਉਹਨਾਂ ਦੇ ਜਦੋਂ ਕੋਈ ਸ਼੍ਰੀ ਅਕਾਲ ਤਖਤ ਸਾਹਿਬ ਨੇ ਹੁਕਮਨਾਮਾ ਜਾਰੀ ਕੀਤਾ ਕਿ ਹਰ ਗੁਰੂ ਘਰ ਦੇ ਵਿੱਚ ਹਰ ਵੇਲੇ ਇੱਕ ਸੇਵਾਦਾਰ ਹੋਣਾ ਜ਼ਰੂਰੀ ਆ, ਪਰ ਇੱਥੇ ਅੱਜ ਕੋਈ ਵੀ ਹਾਜ਼ਰ ਨਹੀਂ ਪਾਇਆ ਗਿਆ, ਜਿਸ ਕਰਕੇ ਬਹੁਤ ਮੰਦ ਭਾਗੀ ਘਟਨਾ ਜਿਹੜੀ ਆ ਉਹ ਵਾਪਰੀ ਆ। ਅਸੀਂ ਇਸ ਇਲਾਕੇ ਦੇ ਵੀ ਜਿਹੜੇ ਇਸ ਮੁਹੱਲੇ ਦੇ ਸਾਰੇ ਮਾਰਕੀਟ ਵਾਲੇ ਲੋਕਾਂ ਨੂੰ ਵੀ ਨਾਲ ਮਿਲੇ ਹਾਂ, ਉਹਨਾਂ ਨੇ ਵੀ ਦੱਸਿਆ ਵੀ ਅਚਨ ਚੇ ਅਤੇ ਸਾਰਾ ਭਾਣਾ ਵਰਤਿਆ, ਪਰ ਕਿਸੇ ਦੀ ਸ਼ਰਾਰਤ ਨਹੀਂ ਪਾਈ ਗਈ, ਕਿਸੇ ਦਾ ਕੋਈ ਇਹਦੇ ਵਿੱਚ ਇਹ ਨਹੀਂ ਸਾਬਤ ਹੋ ਸਕਿਆ ਕਿ ਕਿਸੇ ਨੇ ਜਾਣ ਕੇ ਇਹ ਕਾਰਵਾਈ ਕੀਤੀ ਆ। ਪੁਲਿਸ ਨੇ ਵੀ ਸਾਰੀ, ਸਾਡੇ ਸਤਿਕਾਰਯੋਗ ਇੱਥੇ ਪੁਲਿਸ ਵਾਲੇ ਅਫਸਰ ਵੀ ਆਏ ਹੋਏ ਆ, ਸੱਚੋ ਸਾਹਿਬ ਆਏ ਆ, ਉਹਨਾਂ ਨੇ ਵੀ ਆ ਕੇ ਪੂਰੀ ਪੜਤਾਲ ਕੀਤੀ ਆ, ਜਿਸ ਤੋਂ ਇਹ ਸਾਬਤ ਹੋਇਆ ਕਿ ਅਜਨ ਚੇ ਦੇ ਭਾਣਾ ਵਰਤਿਆ ਅਤੇ ਵਰਤਿਆ ਸਿਰਫ ਅਤੇ ਸਿਰਫ ਸ਼ੋਰਟ ਸਰਕਟ ਕਰਕੇ ਆ, ਬਿਜਲੀ ਦੇ ਸ਼ਾਰਟ ਹੋਣ ਕਰਕੇ ਆ, ਕਿਉਂਕਿ ਜਿਹੜੇ ਛੋਟੇ ਪੱਖੇ ਲਾਏ ਹੋਏ ਆ ਉਹ ਪੱਖੇ 24 ਘੰਟੇ ਚਲੀ ਜਾਂਦੇ ਆ, ਔਰ 24 ਘੰਟੇ ਚੱਲਣ ਦੇ ਨਾਲ ਉਹ ਪੱਖੇ ਜਿਹੜੇ ਆ ਉਹਨਾਂ ਨੂੰ ਗਰਮ ਹੋ ਕੇ ਅੱਗ ਲੱਗ ਜਾਂਦੀ ਆ। ਤੋ ਮੈਂ ਸਾਰੀਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਕਰਦਾ ਇਸ ਇਲਾਕੇ ਦਾ ਸੇਵਾਦਾਰ ਹੋਣ ਦੇ ਨਾਤੇ ਕਿ ਪਹਿਲੀ ਗੱਲ ਤਾਂ ਪੱਖਿਆਂ ਦੀ ਕੋਈ ਲੋੜ ਨਹੀਂ, ਏਸੀਆਂ ਦੀ ਗੁਰੂ ਘਰ 'ਚ ਕੋਈ ਲੋੜ ਨਹੀਂ, ਪਰ ਜਿੱਥੇ ਅੰਦਰ ਲਾਓ, ਜਿੱਥੇ ਸੰਗਤਾਂ ਨੇ ਬੈਠਣਾ, ਜਿੱਥੇ ਮਹਾਰਾਜ ਦਾ ਸੋਖਾ ਸਣਾ, ਜਿੱਥੇ ਮਹਾਰਾਜ ਦਾ ਪ੍ਰਕਾਸ਼ ਆ, ਉੱਥੇ ਕਿਰਪਾ ਕਰਕੇ ਨਾ ਪੱਖਾ ਨੇੜੇ ਹੋਵੇ ਨਾ ਏਸੀ ਨੇੜੇ ਹੋਵੇ। ਅਤੇ ਸੇਵਾਦਾਰਾਂ ਦੀ ਜ਼ਿੰਮੇਵਾਰੀ ਇਹ ਬਣਦੀ ਆ ਕਿ ਜਦੋਂ ਸੰਗਤਾਂ ਉੱਠ ਕੇ ਆਪਣੇ ਚਲੇ ਜਾਂਦੀਆਂ, ਉਸੇ ਟਾਈਮ ਸਾਰੀਆਂ ਲਾਈਟਾਂ ਦਾ ਔਰ ਸਾਰੇ ਪੱਖਿਆਂ ਦਾ ਏਸੀ ਉਸ ਵੇਲੇ ਬੰਦ ਹੋਣੇ ਚਾਹੀਦੇ। ਤੋ ਅੱਜ ਦੀ ਇਸ ਮੰਦਭਾਗੀ ਘਟਨਾ 'ਤੇ ਮੈਂ ਬੜਾ ਦੁੱਖ ਦਾ ਪ੍ਰਗਟਾਵਾ ਕਰਦਾ ਅਤੇ ਸਤਿਗੁਰੂ ਦੇ ਗੜੀ ਅਰਦਾਸ ਕਰਦਾ ਕਿ
ਸਾਰੀ ਸੰਗਤ ਨੂੰ ਇਹ ਮਨ ਮਤ ਸਮਤ ਬਖਸ਼ੋ ਜਿਹੜੇ ਗੁਰੂ ਘਰਾਂ ਦੀ ਸੇਵਾ ਕਰਨ ਵਿੱਚ ਸਫਲ ਰਹਿਣ। ਬਹੁਤ ਬਹੁਤ ਦੁੱਖ ਹੋਇਆ ਇੱਥੇ ਆ ਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।